ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਮੈਂ ਸਾਇੰਸ ਐਂਡ ਟੈਕਨੋਲੋਜੀ ਦੇ ਐਮਸੀਕਿਊਜ਼ ਲੈ ਕੇ ਆਏ ਹਾਂ ਪੰਜਾਬ ਦੇ ਹਰ ਪੇਪਰ ਲਈ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇਣਾ ਹੈ ਜਿਵੇਂ ਕਿ ਪੰਜਾਬ ਪੁਲਿਸ ਜੇਲ੍ਹ ਵਾਰਡਰ ਐਨਟੀਟੀ ਪਟਵਾਰੀ ਕੋਆਪਰੇਟਿਵ ਬੈਂਕ ਜਾਂ ਕੋਈ ਵੀ ਹੋਰ ਪੇਪਰ ਦੇਣਾ ਹੈ ਤਾਂ ਸਾਇੰਸ ਦੇ ਇਸ ਤਰ੍ਹਾਂ ਦੇ ਹੀ ਕੁਸ਼ਨ ਤੁਹਾਨੂੰ ਪੇਪਰਾਂ ਵਿੱਚ ਦੇਖਣ ਨੂੰ ਮਿਲਣਗੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਇਸ ਚੈਨਲ ਦੇ ਉੱਤੇ ਅਸੀਂ ਅਲੱਗ-ਅਲੱਗ ਪੇਪਰਾਂ ਦੀ ਤਿਆਰੀ ਬਿਲਕੁਲ ਫ੍ਰੀ ਦੇ ਵਿੱਚ ਕਰਵਾ ਰਹੇ ਹਾਂ अलग-अलग पेपरਾਂ ਦੀ ਪਲੇਲਿਸਟ ਬਣੀ ਹੋਈ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪਲੇਲਿਸਟ ਵਿੱਚ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਿਓ ਅਤੇ ਟੈਲੀਗ੍ਰਾਮ ਗਰੁੱਪ ਸਾਰੇ ਜਾਣੇ ਜ਼ਰੂਰ ਜੁਆਇਨ ਕਰ ਲਿਓ ਕੋਈ ਵੀ ਛੋਟੀ ਵੱਡੀ ਅਪਡੇਟ ਹੁੰਦੀ ਹੈ ਸਭ ਤੋਂ ਪਹਿਲਾਂ ਮੈਂ ਟੈਲੀਗ੍ਰਾਮ ਦੇ ਉੱਤੇ ਪਾਉਂਦਾ ਹਾਂ ਠੀਕ ਹੈ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਫਰਸਟ ਕੁਐਸਚਨ ਹੈ ਹਾਈਡਰੋਜਨ ਬੰਬ ਦੀ ਖੋਜ ਕਰਤਾ ਵਜੋਂ ਜਾਣਿਆ ਜਾਂਦਾ ਹੈ ਰਾਈਟ ਆਨਸਰ ਹੋ ਜਾਏਗਾ ਐਡਵਰਡ ਟੇਲਰ অপਸ਼ਨ ਸੀ ਨੈਕਸਟ ਕੁਐਸਚਨ ਕਿਸ ਖੂਨ ਦੀ ਕਿਸਮ ਨੂੰ ਸਰਵ ਵਿਆਪੀ ਦਾਨੀ ਕਿਹਾ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ A ਟਾਈਪ O ਨੈਕਸਟ ਕੁਐਸਚਨ ਇਹਨਾਂ ਵਿੱਚੋਂ ਕਿਹੜਾ ਦੁੱਧ ਨੂੰ ਦਹੀਂ ਵਿੱਚ ਬਦਲ ਦਿੰਦਾ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਬੈਕਟੀਰੀਆ অপਸ਼ਨ B ਨੈਕਸਟ ਕੁਐਸਚਨ ਹੈ ਸਾਡੇ ਸਰੀਰ ਦਾ ਹਰੰਗ ਡੈਸ਼ ਦਾ ਬਣਿਆ ਹੁੰਦਾ ਹੈ ਸਹੀ ਉੱਤਰ ਹੋ ਜਾਏਗਾ ਸੈੱਲ অপਸ਼ਨ ਸੀ ਨੈਕਸਟ ਕੁਐਸਚਨ ਵਿਕਾਸ ਦਾ સિਧਾਂਤ ਕਿਸ ਨੇ ਦਿੱਤਾ ਸੀ ਰਾਈਟ ਆਨਸਰ ਹੋ ਜਾਏਗਾ ਡਾਰਵਿਨ অপਸ਼ਨ ਬੀ ਪਹਿਲਾ ਭਾਰਤੀ ਉਪਗ੍ਰਹਿ ਆਦਿਆਪੱਟ ਕਦੋਂ ਲਾਂਚ ਕੀਤਾ ਗਿਆ ਸੀ ਸਹੀ ਉੱਤਰ ਹੋ ਜਾਏਗਾ অপਸ਼ਨ B 1975 ਦੇ ਵਿੱਚ ਕੈਲਵਿਨ ਮਾਪ ਵਿੱਚ ਮਨੁੱਖੀ ਸਰੀਰ ਦਾ ਸਹੀ ਮਾਪ ਕੀ ਹੁੰਦਾ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ D 310 ਕੈਲਵਿਨ ਪ੍ਰਕਾਸ਼ ਦੀ ਗਤੀ ਘਟ ਹੋਵੇਗੀ ਸਬਤੋ ਘੱਟ ਪ੍ਰਕਾਸ਼ ਦੀ ਗਤੀ ਕਿਸ ਵਿੱਚ ਹੋਵੇਗੀ ਕੰਚ ਦੇ ਵਿੱਚ অপਸ਼ਨ ਸੀ ਰਾਈਟ ਆਨਸਰ ਹੋ ਜਾਏਗਾ ਇਸ ਦਾ ਵਾਯੂ ਮੰਡਲ ਵਿੱਚ ਸਭ ਤੋਂ ਜ਼ਿਆਦਾ ਗੈਸ ਕਿਹੜੀ ਪਾਈ ਜਾਂਦੀ ਹੈ ਰਾਈਟ ਆਨਸਰ ਹੋ ਜਾਏਗਾ ਹਾਈਡਰੋਜਨ অপਸ਼ਨ ਏ ਨੈਕਸਟ ਕੁਐਸਚਨ ਪੁਲਾੜ ਸ਼ਟਲ ਦਾ ਨਾਮ ਕੀ ਸੀ ਜਿਸ ਨੇ ਇਨਸਾਨ ਨੂੰ ਚੰਦ ਤੇ ਪਹੁੰਚਾਇਆ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ A ਅਪੋਲੋ ਨੈਕਸਟ ਕੁਐਸਚਨ ਇਨਸੂਲਿਨ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ਸਹੀ ਉੱਤਰ ਹੋ ਜਾਏਗਾ ਸ਼ੂਗਰ অপਸ਼ਨ D ਨੈਕਸਟ ਕੁਐਸਚਨ ਹੈ सब तो ज्यादा ऊर्जा किस तू प्राप्त होंगी है राइट right आंसर हो जाएगा कार्बोहाइड्रेट्स ऑप्शन ए खून का रंग लाल क्यों हों सही उत्तर हो जाएगा होमोग्लोबिन कारण ऑप्शन बी पाइरिया रोग केड़ा ਸਰੀਰ ਦਾ ਅੰਗ ਪ੍ਰਭਾਵਿਤ ਹੁੰਦਾ ਹੈ ਸਹੀ ਉੱਤਰ ਹੋ ਜੇਗਾ ਮਸੂੜੇ অপਸ਼ਨ ਸੀ ਪੀਲੀਆ ਰੋਗ ਵਿੱਚ ਸਰੀਰ ਦਾ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ ਰਾਈਟ ਆਨਸਰ ਹੋ ਜੇਗਾ ਜਿਗਰ অপਸ਼ਨ ਸੀ 베ਰੀ베리 ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ राइट right आंसर हो जाएगा ऑप्शन बी विटामिन बी नेक्स्ट क्वेश्चन है किस विटामिन की कमी अंदराता हो जाता है राइट आंसर इसका हो जाएगा ऑप्शन सी विटामिन ए नेक्स्ट क्वेश्चन आयोडीन की कमी कि रोग हो जाता है सही उत्तर हो जाएगा गिल्लड ऑप्शन ए अगला क्वेश्चन है ਰੇਡੀਅਮ ਦੀ ਖੋਜ ਕਿਸ ਨੇ ਕੀਤੀ ਸਹੀ ਉੱਤਰ ਹੈ ਮੈडम ਕਿਊਰੀ অপਸ਼ਨ ਡੀ ਨੈਕਸਟ ਕੁਐਸਚਨ ਕਿਹੜੇ ਤੱਤ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਕੈਲਸ਼ੀਅਮ ਅਤੇ ਫਾਸਫੋਰਸ ਨੈਕਸਟ ਕੁਐਸਚਨ किड़ा रोग हवा न फैलता है सही उत्तर हो जाएगा पलेग ऑप्शन सी अगला क्वेश्चन है किस विटामिन कोबाल्ट पाया जाता है इसका राइट आंसर हो जाएगा ऑप्शन बी विटामिन बी बारह नेक्स्ट क्वेश्चन डेंगू बुखार किस दी कमी हो जाती है सही उत्तर प्लेटलेस दी ऑप्शन ए राइट आंसर हो जाएगा नेक्स्ट क्वेश्चन है प्रकाश संश्लेषण ਲਈ ਕਿਹੜੀ ਗੈਸ ਜ਼ਰੂਰੀ ਹੈ राइट आंसर हो जाएगा ਕਾਰਬਨ ਡਾਈ ਆਕਸਾਈਡ অপশন ਡੀ नेक्स्ट क्वेश्चन है ਮਨੁੱਖ ਨੂੰ ਲੋਹਾ ਕਿੱਥੋਂ ਪ੍ਰਾਪਤ ਹੁੰਦਾ ਹੈ ਸਹੀ ਉੱਤਰ ਹੈ ਪਾਲਕ ਠੀਕ ਹੈ অপশন ਬੀ ਸੋ ਇਹ ਸਾਇੰਸ ਐਂਡ ਟੈਕਨੋਲੋਜੀ ਨਾਲ ਰਿਲੇਟਡ ਕੁਐਸਚਨ ਸੀ ਪੀਪਰਾਂ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਹੀ ਕੁਐਸਚਨ ਆਉਣਗੇ ਠੀਕ ਹੈ ਅਲੱਗ-ਅਲੱਗ ਪੀਪਰਾਂ ਦੀ ਪਲੇ ਲਿਸਟ ਬਣੀ ਹੋਈ ਆ ਉਹ ਤੁਸੀਂ ਦੇਖ ਲਿਓ ਅਤੇ ਟੈਲੀਗ੍ਰam ਗਰੁੱਪ ਸਾਰੇ ਜਣੇ ਜੁਆਇਨ ਕਰ ਲਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਵਿੱਚ